ਰਾਜਾ ਸੀ ਉਹਨੇ ਨਾ ਆਪਦੇ ਰਾਜ ਦੇ ਵਿੱਚ ਇਹ ਦੇਖਣਾ ਸੀ ਵੀ ਮੇਰੀ ਪਰਜਾ ਦੇ ਵਿੱਚ ਬੰਦੇ ਹਮ ਕਿੰਨੇ ਕੁ ਚਲਦੀ ਇਹਨਾਂ ਦੀ ਘਰ ਦੇ ਵਿੱਚ ਹਮ ਕਿੰਨੇ ਕੁ ਥੱਲੇ ਜੇ ਲੱਗੇ ਆ ਜੀ ਉਹਨਾਂ ਨੇ ਰਾਜ ਰੈਣਾ ਟੰਡੋਰਾ ਪੂਰਾ ਫਿਰਵਾਤਾ ਹਮ ਉਹ ਰਾਜ ਰੈਣਾ ਪੂਰੀ ਬੁਨਿਆਦੀ ਕਰਵਾਤੀ ਵੀ ਭਾਈ ਜਿਹੜਾ ਵੀ ਬੰਦਾ ਘਰ ਦੇ ਵਿੱਚ ਆਪਦੀ ਚਲਾਉਂਦਾ ਹੋਊਗਾ ਹਮ ਉਹਨੂੰ ਇੱਥੇ ਘੋੜਾ ਮਿਲੂਗਾ ਸਨਮਾਨ ਦੇ ਵਿੱਚ ਵਾਹ ਤੇ ਜਿਹਦੇ ਘਰ ਦੇ ਵਿੱਚ ਔਰਤ ਨਹੀਂ ਚਲਦੀ ਹੋਊਗੀ ਤੇ ਉਹਨੂੰ ਇੱਕ ਸੇਵ ਮਿਲੂਗਾ ਲੋ ਜੀ ਬੰਦੇ ਉਦੋਂ ਈਮਾਨਦਾਰ ਸੀ ਆਪੇ ਮੰਨ ਜਾਂਦੇ ਸੀ ਵੀ ਸਾਡੀ ਤਾਂ ਚੱਲਦੀ ਨਹੀਂ ਲੋਕਾਂ ਨੇ ਲਾਈਨਾਂ ਬਣਾਈਆਂ ਕਤਾਰਾਂ ਬਣਾਈਆਂ ਸੇਫ ਲੈਨ ਲਈ ਸੇਫ ਲੈਨ ਦੇ ਲਈ ਸੇਫ ਲੈਨ ਚਲੇ ਜਾਣ ਸੇਫ ਲੈਨ ਚਲੇ ਜਾਣ ਸੇਫ ਲੈਨ ਚਲੇ ਜਾਣ ਇੱਕ ਔਰਤ ਨੇ ਕਿਹਾ ਉਹਦੇ ਘਰ ਵਾਲੇ ਨੂੰ ਕਹਿੰਦੀ ਵੀ ਝੂਠ ਹੀ ਬੋਲਣਾ ਭੋਰਾ ਤੂੰ ਕਹਿ ਰਹੀ ਜਾ ਕੇ ਮੇਰੀ ਚੱਲਦੀ ਐ ਅੱਛਾ ਮੈਂ ਘਰ ਵਾਲੀ ਨੂੰ ਕੁਝ ਨਹੀਂ ਸਮਝਦਾਗਾ ਹਾਂ ਤੇ ਘਟੋ ਘਟ ਕੋੜਾ ਤਾਂ ਮਿਲੇ ਨਾ ਆਪਾਂ ਨੂੰ ਸੇਵ ਦਾ ਕੀ ਤੂੰ ਕੱਲਾ ਖਾਜੇਗਾ ਕੋੜਾ ਕਿੰਨੇ ਚਿਰ ਕੰਮ ਆਊਗਾ ਆਪਾਂ ਢੋਆ ਢਵਾਈ ਦਾ ਕੰਮ ਕਰਿਆ ਕਰਾਂਗੇ ਕਹਿੰਦਾ ਠੀਕ ਆ ਲੋਜੀ ਗਿਆ ਕਹਿੰਦਾ ਜਨਾਬ ਮੇਰੀ ਚਲਦੀ ਆ ਘਰੇ ਹਮ ਆਪਾ ਕਿਸੇ ਨੂੰ ਕੁਝ ਨਹੀਂ ਸਮਝੀਦਾ ਹਮ ਕਿਹੜੀ ਗੱਲ ਆਪਾ ਕਹਿੰਦੇ ਹੁਰ ਕੋਈ ਪਰਵਾਹ ਨਹੀਂ ਹਾਂ ਕਹਿੰਦੇ ਵੈਰੀ ਗੁੱਡ ਐ ਕਰੋ ਇਹਨੂੰ ਕਾਲੇ ਰੰਗ ਦਾ ਘੋੜਾ ਦੇ ਦੋ ਤਵੇਲੇ ਚ ਕੀ ਬਾਤ ਆ ਉਹ ਕਹਿੰਦਾ ਜਨਾਬ ਮੈਨੂੰ ਚਿੱਟੇ ਰੰਗ ਦਾ ਦੇ ਦਿਓ ਹਾਂ ਕਹਿੰਦੇ ਕਿਉਂ ਕਹਿੰਦਾ ਮੇਰੀ ਘਰ ਵਾਲੀ ਨੇ ਕਿਹਾ ਸੀ ਇਹ ਘੇਰਾ ਇਹਨੂੰ ਸੇਵ ਫੜਾਓ ਨਾਲ ਲਾਓ ਦੋ ਚ ਪੇੜਾ ਇਹਦੇ ਇਹਨੇ ਝੂਠ ਬੋਲਿਆ ਹਾਂ ਇਹਦੇ ਦੋ ਚ ਪੇੜਾ ਵੀ ਲਾਓ ਨਾਲ ਇਹਨੂੰ ਇੱਕ ਸੇਵ ਦੇਓ ਠੀਕ ਹੈ ਜੀ ਰਾਜੇ ਨੂੰ ਹੋਰ ਬੜੀ ਪਰੇਸ਼ਾਨੀ ਵੀ ਭਾਈ ਯਾਰ ਮੇਰੀ ਰਾਜ ਦੇ ਵਿੱਚ ਕੋਈ ਹੈ ਹੀ ਨਹੀਂ ਇਹੋ ਜਾਂ ਹਾਂ ਲਓ ਜੀ ਉਹਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ ਐ ਸੋਚ-ਸੋਚ ਕੇ ਨਾ ਰਾਜਾ ਰਾਤ ਨੂੰ 11:30 ਵਜੇ ਆਪਦੇ ਪਲੰਗ ਦੇ ਵੱਲ ਗਿਆ ਅੱਛਾ ਜੀ ਵੀ ਚਲੋ ਮੈਂ ਸੌਂ ਆ ਹੂੰ ਲਓ ਜੀ ਅਚਾਨਕ ਕੋਈ ਡੋਰ ਬੈਲ ਹੁੰਦੀ ਆ ਘੰਟੀ ਵੱਜਦੀ ਆ ਜਿਹੜਾ ਉਹਦਾ ਮਹਾਂ ਮੰਤਰੀ ਸੀ ਕਹਿੰਦਾ ਜਨਾਬ ਮੈਨੂੰ ਇਹ ਦੱਸੋ ਵੀ ਤੁਸੀਂ ਸੇਵਕਾ ਤੋਂ ਰੱਖਿਆ ਹੂੰ ਤੁਸੀਂ ਇੱਥੇ ਦਾਣਿਆਂ ਦੀ ਇੱਕ ਬੋਰੀ ਰੱਖ ਦਿੰਦੇ ਹਾਂ ਨਾਲੇ ਕਿਸੇ ਦੇ ਚਾਰ ਦੜ ਨਿਕਲ ਜਾਂਦੇ ਟੱਬਰ ਦੇ ਸਾਰੇ ਢਿੰਮੂ ਚ ਅਨਾਜ ਜਾਂਦਾ ਕਹਿੰਦਾ ਯਾਰ ਮੈਂ ਰੱਖਣਾ ਤਾਂ ਚਾਹੁੰਦਾ ਸੀ ਬੋਰੀ ਨੂੰ ਹੀ ਕਹਿੰਦਾ ਖਰੜੀ ਗਦੀ ਨਹੀਂ ਨਹੀਂ ਸੇਵ ਹੀ ਰੱਖਣਾ ਕਹਿੰਦਾ ਜਨਾਬ ਤੁਹਾਡਾ ਸੇਵ ਚੀਰ ਕੇ ਲਿਆਵਾਂ ਤੇ ਉਹ ਕਹਿੰਦਾ ਵੀ ਤੂੰ ਅੱਧੀ ਰਾਤ ਨੂੰ ਆ ਕੇ ਬਿੱਲ ਕਰਤੀ ਆ ਤੇ ਤੂੰ ਕੱਲ ਨੂੰ ਪੁੱਛ ਲੈਣਾ ਕਹਿੰਦਾ ਜਨਾਬ ਸੱਚੀ ਗੱਲ ਦੱਸਾਂ ਘਰ ਵਾਲੀ ਕਹਿੰਦੀ ਹੁਣੇ ਪੁੱਛ ਕੇ ਆ ਕਹਿੰਦਾ ਐ ਕਰ ਆਪ ਜਿਹੜਾ ਸੇਵ ਵੀ ਚੱਕ ਲਿਆ ਆਪਾਂ ਨੂਨ ਲਾ ਕੇ ਇਕੱਠਾ ਖਾਣੇ ਆ ਕਹੜਾ ਬਾ ਦੇਖਦੇ ਹੋ ਜੀ ਇਹ ਗੱਲਾਂ ਬਹੁਤ ਐਸੀ ਆ ਗਈ ਵਾਵਾ ਕਮਾਲ